ਆਮ ਆਦਮੀ ਪਾਰਟੀ ਐਡਮੰਟਨ ਚੈਪਟਰ ਨੇ ਅੱਜ ਇਕੱਠ ਕੀਤਾ ਹੈ ਬੜਾ ਰੋਸ਼ ਹੈ ਆਪਣੀ ਕਮਿਊਨਿਟੀ ਦੇ ਵਿੱਚ ਕੀ ਇੱਕ ਬੜਾ ਬੁਲੰਦ ਜਿਹੜੀ ਆਵਾਜ਼ ਹੈ ਪੱਤਰਕਾਰ ਦੀ ਬਲਤੇਜ ਪੰਨੂ ਉਹਦੇ ਨਾਲ ਪੰਜਾਬ ਦੀ ਸਰਕਾਰ ਨੇ ਤੱਕਾ ਕੀਤਾ ਹੈ ਉਹਨਾਂ ਨੇ ਇਨਵੋਲ ਕੀਤਾ ਹੈ ਇੱਕ ਕਾਂਸਪੀਰੇਸੀ ਦੇ ਵਿੱਚ ਤਾਂ ਕਿ ਆਵਾਜ਼ ਜਿਹੜੀ ਉਹ ਬੰਦ ਹੋ ਸਕੇ ਸਾਡੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਜੱਸੀ ਜਸਰਾਜ ਜੋ ਕਿ ਕਈ ਸਾਲਾਂ ਤੋਂ ਹੀ ਕਮਿਊਨਿਟੀ ਦੀ ਸੇਵਾ ਚ ਲੱਗੇ ਨੇ ਇੱਕ ਆਵਾਜ਼ ਬੁਲੰਦ ਕਰਨੀ ਚਾਹੁੰਦੇ ਨੇ ਸੱਚ ਦੀ ਪੰਜਾਬ ਦੇ ਵਿੱਚ ਉਹ ਸਾਡੇ ਸ਼ਹਿਰ ਅਜ ਐਡਮਿੰਟਨ ਆਈ ਨੇ ਉਹਨਾਂ ਦਾ ਉਹਨਾਂ ਕੋਲੋਂ ਹੀ ਪੁੱਛਦੇ ਆ ਕਿ ਉਹਨਾਂ ਦਾ ਕੀ ਬਿਆਨ ਹੈ ਜੱਸੀ ਜੀ ਹਾਂਜੀ ਐਡਮਿੰਟਨ ਵਾਸੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪ ਸਭ ਨੇ ਪਹਿਲਾਂ ਬੜਾ ਪਿਆਰ ਦਿੱਤਾ ਆ ਕੈਨੇਡਾ ਵਾਲਿਆਂ ਨੇ ਜਿੰਨੇ ਵੀ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਨੇ ਉਮੀਦ ਕਰਦਾ ਕਿ ਇਸ ਵਾਰ ਵੀ 2017 ਚ ਆਪਾਂ ਉਸ ਇਸ਼ਟ ਤੋਂ ਡਰਦੇ ਹੋਏ ਆਪਣੇ ਅੰਦਰੋਂ ਆਪਣੇ ਪੰਜਾਬ ਨੂੰ ਆਪਣਾ ਘਰ ਸਮਝਦੇ ਹੋਏ ਆਪਾਂ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਸੱਪ ਜਿਹੜੇ ਫਨੀਰ ਜਿਹੜੇ ਅਜਗਰ ਸਾਡੀ ਪੂਰੀ ਜਵਾਨੀ ਸਾਡੇ ਕਿਸਾਨਾਂ ਨੂੰ ਸਾਡੀ ਇੰਡਸਟਰੀ ਸਾਡੇ ਪੂਰੇ ਪੰਜਾਬ ਨੂੰ ਨਿਕਲ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਕਿਵੇਂ ਨਜਾਤ ਪਾਉਣੀ ਹੈ ਆ ਉਹ ਥੋੜਾ ਥੋੜਾ ਹੰਬੜਾ ਮਾਰ ਲਿਆ ਉਹ ਤੇਲੀ ਤੇਲੀ ਜੋੜ ਕੇ ਪੰਜਾਬ ਦੇ ਲਿਖੇ ਲਈਏ ਜੱਸੀ ਜੀ ਜਿਹੜਾ ਆਪਣਾ ਪੰਨੂ ਸਾਹਿਬ ਨੂੰ ਉਹਨਾਂ ਨੇ ਇਨਵੋਲ ਕੀਤਾ ਹੈ ਕਨਸਪੀਰੇਸੀ ਦੇ ਵਿੱਚ ਉਹਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਦੇਖੋ ਗੱਲ ਇਹ ਕੋਈ ਪਹਿਲੀ ਵਾਰ ਤਾਂ ਹੋਇਆ ਨਹੀਂ ਜਿਹੜਾ ਕੋਈ ਇਸ ਰਾਹ ਤੇ ਜਾਊਗਾ ਉਹਨੂੰ ਇਹ ਚੀਜ਼ਾਂ ਚੱਲਣੀਆਂ ਹੀ ਪੈਣੀਆਂ ਨੇ ਤੇ ਮੈਂ ਚਾਹਨਾ ਕਿ ਪੰਜਾਬੀਓ ਹੁਣ ਇੱਕ ਗਾਣਾ ਮੇਰੇ ਕੋਲ ਹੈਗਾ ਵੀ ਹੋ ਤੱਕ ਪੰਜਾਬੀਆਂ ਤੱਕ ਲੈ ਸ਼ੀਸ਼ਾ ਕੀ ਮੁੱਲ ਪੈਂਦੇ ਕਿਰਦਾਰਾਂ ਦੇ ਤੇਰੇ ਹੁੰਦਿਆਂ ਰੁਲ ਗਏ ਬੱਚੇ ਊਧਮ ਸਿੰਘ ਸਰਦਾਰਾਂ ਦੇ ਸੋ ਦੋਸਤੋ ਕੋਸ਼ਿਸ਼ ਕਰਿਓ ਕਿ ਬਲਤੇਜ ਪੰਨੋ ਜਾਂ ਕੋਈ ਵੀ ਜਿਹੜੇ ਬੰਦੇ ਸੁਰਿੰਦਰ ਸਿੰਘ ਜੀ ਹੋਗੇ ਇਆ ਹੋਰ ਜਿਹੜੇ ਗਾਂ ਜਿਹਨਾਂ ਨੂੰ ਸਾਡੇ ਵਰਗਾ ਨੂੰ ਵੀ ਕਰੀਏ ਹੋਰ ਸਾਦਾ ਕੋਈ ਨਾ ਕੋਈ ਕੇਸ ਪਾ ਕੇ ਧੱਕਣਗੇ ਕਿਤੇ ਨਾ ਕਿਤੇ ਤੇ ਨਾਲ ਜੁਟ ਕੇ ਖੜੋਂਗੇ ਤੇ ਕੱਲ ਨੂੰ ਕੋਈ ਦੁਬਾਰਾ ਆਵਾਜ਼ ਮਾਰੂਗਾ ਦੁਬਾਰਾ ਫੇਰ ਕੋਈ ਕੋਸ਼ਿਸ਼ ਕਰੂਗਾ ਨਹੀਂ ਤਾਂ ਫਿਰ ਯਾਦ ਰੱਖਿਓ 1857 ਦੀ ਕ੍ਰਾਂਤੀ ਜਦੋਂ ਫੇਲ ਹੋਈ ਸੀ ਉਸ ਤੋਂ ਬਾਅਦ 1947 ਨੂੰ ਕਿੰਨੇ ਸਾਲ ਲੱਗੇ ਜੇ 2017 ਚ ਅਪਾ ਕਿਸੇ ਵੀ ਵਜ੍ਹਾ ਕਰਕੇ ਫੇਲ ਹੋਣੇ ਆ ਤਾਂ ਬਹੁਤ ਟਾਈਮ ਲੱਗਦਾ ਲੋਕਾਂ ਨੂੰ ਜਾਗਣ ਲਈ ਹੁਣ ਜਾਗੇ ਆ ਤਾਂ ਥੋੜੀ ਦੇਰ ਹੋਰ ਜਾਗ ਲੋ ਜਿਵੇਂ ਆਖਰੀ ਸਵਾਲ ਕੀ 2017 ਚ ਆਮ ਆਦਮੀ ਪਾਰਟੀ ਸਰਕਾਰ ਬਣਾਉਗੀ ਦੇਖੋ ਸਰਕਾਰ ਆਮ ਆਦਮੀ ਦੀ ਹੀ ਬਣਨੀ ਚਾਹੀਦੀ ਹੈ ਤੁਸੀਂ ਦੇਖ ਲੈ ਰਜਵਾੜੇ ਤੁਸੀਂ ਬੜੇ ਦੇਖ ਲੈ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਵੀ ਅਸੀਂ ਦੇਖੋ ਜੀ ਬਿਲਕੁਲ ਦਾੜੀ ਖਿਲਾਰ ਲਈ ਠੱਠੀ ਜੀ ਪੱਗ ਬਨ ਕੇ ਉਹ ਜਿਹੜਾ ਧਰਮ ਦਾ ਜਾਲ ਪੱਤਾ ਖੇਡ ਕੇ ਜਿੱਤਣ ਵਾਲੇ ਲੋਕ ਉਹ ਲੋਕ ਧਰਮ ਨੂੰ ਵਰਤ ਕੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੇ ਬਖਸ਼ੇ ਉਹ ਤੁਹਾਨੂੰ ਮੈਨੂੰ ਬਖਸ਼ ਦੇਣਗੇ ਸੋ ਦੋਸਤੋ ਤੁਸੀਂ ਜਿੱਤਣਾ ਆ आम आदमी पार्टी ਤਾਂ ਕਿ ذریعے ਆ ਇਨਸਾਨੀਅਤ ਨੇ ਜਿੱਤਣਾ ਔਰ ਉਮੀਦ ਹੈ ਕਿ ਤੁਸੀਂ ਇਨਸਾਨੀਅਤ ਨੂੰ ਔਰ ਆਪਣੇ ਪਰਮਾਤਮਾ ਨੂੰ ਕੀਤੀਆਂ ਅਰਦਾਸਾਂ ਨੂੰ ਹਾਰ ਨਹੀਂ ਦਿਓਗੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸਾਰੇ ਅਨੁਸਾਸਕਾਂ